ਗੁਰੂ ਫਤਿਹ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਇਕਬਾਲਪੁਰ ਸ਼੍ਰੀ ਰਾਜਪੂਤਾਂ ਕੁੱਲੀ ਗਰੀਬਾਂ ਦੀ ਪੇਚ ਵੱਲੋਂ ਅਸੀਂ ਇੰਜ ਪਿੰਡ ਪਹੁੰਚੇ ਜੀ, ਤਰਦਿਓਂ ਤਹਿਸੀਲ ਬਾਬਾ ਬਕਾਲਾ, ਜ਼ਿਲ੍ਹਾ ਅੰਮ੍ਰਿਤਸਰ। ਸੋ ਮੇਰੇ ਵੀਰੋ, ਆਹ ਵੀਰ ਨੂੰ 5 ਸਾਲ ਹੋ ਗਿਆ ਮੰਜੇ ਦੇ ਪੈਰ ਨੂੰ। ਸੋ ਮੈਂ ਜਾਣਕਾਰੀ ਵਾਸਤੇ ਦੱਸਣਾ ਚਾਹੁੰਦਾ, ਕੋਈ ਐਕਸੀਡੈਂਟ ਨਹੀਂ ਸੀ ਹੋਇਆ, ਕੁਛ ਨਹੀਂ ਸੀ ਇਹਨੂੰ ਹੋਇਆ, ਸਿਰਫ ਇਹ ਮਜ਼ਦੂਰੀ ਕਰਨ ਗਿਆ ਸੀ, ਪੈਰ 'ਤੇ ਬਾਲਾ ਵੱਜ ਗਿਆ, ਉੱਤੋਂ ਹੀ ਇਹਨੂੰ ਇਨਫੈਕਸ਼ਨ ਹੋ ਗਈ ਅਤੇ 5 ਸਾਲ ਹੋ ਗਏ ਤੁਰ ਨਹੀਂ ਸਕਦਾ ਮੇਰਾ ਵੀਰ। ਸੋ ਭੈਣ ਹੀ ਆ, ਕਿੰਨਾ ਚਹੁੰ ਘਰਾਂ ਦਾ ਕੰਮ ਧੰਦਾ ਕਰਕੇ, ਫਿਰ ਮਨਰੇਗਾ ਦਾ ਕੰਮ ਚੱਲਣ ਡਿਆ। ਆਪ ਜੀ ਨੂੰ ਸਭ ਨੂੰ ਪਤਾ ਵਾ, ਪੰਜਾਬ ਦੇ ਵਿੱਚ ਮਨਰੇਗਾ ਦਾ ਕੰਮ ਚੱਲ ਰਿਹਾ ਵਾ, ਫਿਰ ਮਨਰੇਗਾ ਦੇ ਕੰਮ 'ਤੇ ਜਾਂਦੀ, ਹੁਣ ਲੰਚ ਟਾਈਮ ਬਾਹਰ ਆਪਣੇ ਘਰ ਆਈ ਆ। ਸੋ ਜਿਸ ਘਰ ਦਾ ਕਮਾਊ ਜਿਹੜਾ ਵਾ ਉਹ 5 ਸਾਲਾਂ ਤੋਂ ਮੰਜੇ 'ਤੇ ਪਿਆ ਹੋਵੇ, ਤੁਹਾਨੂੰ ਪਤਾ ਹੀ ਆ ਫਿਰ ਉਸ ਘਰ ਦੇ ਹਾਲਾਤ ਕੀ ਹੋ ਸਕਦੇ। ਸੋ ਮੈਂ ਭੈਣ ਜੀ ਨੂੰ ਬੇਨਤੀ ਕਰਦਾ ਵਾਂ ਕਿ ਤੁਸੀਂ ਆਪਣੇ ਹਾਲਾਤ ਦੱਸੋ ਘਰ ਦੇ, ਅਤੇ ਸੰਗਤ ਅੱਗੇ ਬੇਨਤੀ। ਹਾਂਜੀ ਭਾਅ ਜੀ, ਇਹਨਾਂ ਨੂੰ 5 ਸਾਲ ਹੋ ਗਏ ਮੰਜੇ 'ਤੇ ਬੈਠਿਆਂ ਨੂੰ, ਜਿੱਥੋਂ ਸੱਟ ਲੱਗੀ ਸੀ ਉਹਨਾਂ ਨੇ 1 ਰੁਪਈਆ ਵੀ ਨਹੀਂ ਲਾਇਆ। ਮੈਂ ਆਪਣੇ ਪੇਕੇ ਰਹਿ ਕੇ 9 ਮਹੀਨੇ ਮਤਲਬ ਕਿ ਰਹਿ ਕੇ ਆਈ, ਉਹਨਾਂ ਨੇ ਇਲਾਜ ਕਰਵਾਇਆ, ਹੁਣ ਉਹਨਾਂ ਦੀ ਵੀ ਮਤਲਬ ਕਿ ਬੁਰੀ ਹਾਲਤ ਵੀ ਨਹੀਂ ਕਰਵਾ ਸਕਦੇ। ਅਤੇ ਜੇ ਸਾਡੇ ਦਵਾਈ ਦਾਰੂ ਅਸੀਂ ਲੋਕਾਂ ਕੋਲ ਫੜ ਫੜਾ ਕੇ ਮਤਲਬ ਕਿ ਲਾਉਂਦੇ, ਜੇ ਮੈਂ ਅੱਜ ਕਿਸੇ ਕੋਲ ਲਾਉਂਗੀ ਤਾਂ ਮੈਂ ਕੱਲ੍ਹ ਨੂੰ ਕਿਸੇ ਨੂੰ ਦੇਣੇ ਵੀ ਆ, ਨਹੀਂ ਤਾਂ ਮਤਲਬ ਘਰ ਨੂੰ ਲੋਕ ਮਤਲਬ ਕਿ ਕੱਲ੍ਹ ਨੂੰ ਫਿਰ ਆਣ ਕੇ ਗੇੜਾ ਮਾਰਨਗੇ, ਤੁਸੀਂ ਅੱਜ ਲੈ ਕੱਲ੍ਹ ਨੂੰ ਦਿਓ ਪੈਸੇ। ਅਤੇ ਹੁਣ ਮੇਰੇ ਘਰ 'ਚ ਕੁਛ ਮਤਲਬ ਕਿ ਪਾਣੀ ਵੀ ਨਹੀਂ ਹੈਗੇ, ਮੈਂ ਤਾਂ ਆਂਡੀਆਂ ਗੁਆਂਢੀਆਂ ਕੋਲ ਲੈ ਕੇ ਅਤੇ ਆਪਣਾ ਟਾਈਮ ਗੁਜ਼ਾਰਾ ਕਰਦੀ। ਕੁਛ ਨਹੀਂ ਹੈਗਾ ਭਾਅ ਜੀ, ਮੈਂ ਆਂਡੀਆਂ ਗੁਆਂਢੀਆਂ ਕੋਲ ਪਾਣੀ ਲੈਂਦੀ ਹਾਂ, ਕਦੀ ਮੈਂ ਕਿਸੇ ਦੇ ਘਰੋਂ ਲੈਂਦੀ, ਕਦੀ ਮੈਂ ਕਿਸੇ ਦੇ ਘਰੋਂ ਲੈਂਦੀ ਹਾਂ। ਹੁਣ ਮੈਂ ਲੰਚ ਟਾਈਮ ਆਈ ਹਾਂ, ਲੰਚ ਟਾਈਮ ਆਣ ਕੇ ਮੈਂ ਪਾਣੀ ਭਰ ਕੇ ਜਾਣਾ ਆ। ਹਾਂਜੀ, ਅਤੇ ਫਿਰ ਮੈਂ ਖੁਦ ਮਰੀਜ਼ ਹਾਂ ਕਿ ਮੇਰੇ ਵੀ ਰਸੌਲੀਆਂ ਆ, ਮੈਂ ਖੁਦ ਇੱਦਾਂ ਮਾੜਾ ਮੋਟਾ ਘਰਾਂ ਦਾ ਕੰਮ ਕਰਦੀ। 4 ਵਜੇ ਦੀ ਉੱਠੀ ਹਾਂ, 3 ਘਰਾਂ ਦਾ ਕੰਮ ਕਰਕੇ ਆਈ ਹਾਂ, ਫਿਰ ਮੈਂ 8 ਵਜੇ ਦੀ ਡਿਊਟੀ 'ਤੇ ਗਈ ਹਾਂ ਨਰੇਗਾ ਜੋਬ। ਹੁਣ ਮੈਂ ਲੰਚ ਟਾਈਮ ਆਈ ਹਾਂ, ਲੰਚ ਟਾਈਮ ਆ ਕੇ ਅਤੇ ਫਿਰ ਮੈਂ ਆਂਡੀਆਂ ਗੁਆਂਢੀਆਂ ਤੋਂ ਪਾਣੀ ਭਰ ਕੇ ਸ਼ਾਮ ਨੂੰ। ਜਿਹੜਾ ਆਪ ਜੀ ਨੂੰ ਦੁੱਖ ਆ ਰਸੌਲੀਆਂ ਦਾ, ਉਹਦੀ ਤੁਸੀਂ ਦਵਾਈ ਲੈ ਰਹੇ ਹੋ? ਹਾਂਜੀ ਭਾਅ ਜੀ, ਲੈ ਰਿਹਾ ਪਰ ਫਰਕ ਨਹੀਂ ਪੈ ਰਿਹਾ। ਪਰਸੋਂ ਵੀ ਮੈਂ ਤੜਪ ਤੜਪ ਕੇ ਇੱਦਾਂ ਸਾਰਾ ਦਿਨ ਮਤਲਬ ਕਿ ਦਿਹਾੜੀ ਲਾ ਕੇ ਆਈ ਹਾਂ, 2 ਖੁਰਾਕਾਂ ਗੋਲੀਆਂ ਦੇ ਖਾਧੀਆਂ, ਉਹਨਾਂ ਨਾਲ ਮਾਨੀ ਆ, ਫਿਰ 1 ਦਰਦ ਦੀ ਗੋਲੀ ਲਈ ਆ ਅਤੇ ਫਿਰ ਜਾ ਕੇ ਸ਼ਾਮਾਂ ਨੂੰ ਥੋੜ੍ਹੀ ਜਿਹੀ ਖਿਲਾਰ ਪਈ, ਕਿਤੇ ਉਹ ਇਲਾਜ ਨਹੀਂ ਹੋ ਰਿਹਾ ਸਾਡਾ। ਸੋ ਮੈਂ ਵੀਰ ਨੂੰ ਬੇਨਤੀ ਕਰਦਾ, ਬੋਲ ਸਕਦੇ ਵੀਰ ਜੀ? ਵੀਰ ਜੀ ਕਰਿਓ ਬੇਨਤੀ ਨੂੰ ਪ੍ਰਵਾਨ, ਸੰਗਤ ਨੂੰ ਬੇਨਤੀ ਕਰੋ। ਬਹੁਤ ਮੁੰਡਾ ਜੀ ਪ੍ਰਵਾਨ। ਸੋ ਵੈਸੇ ਤਾਂ ਸਾਡੀ ਬਰੀਕ ਸ਼ਾਨ ਹੀ ਹੁੰਦੀ ਹੈ ਵੀ ਲੋੜਵੰਦ ਤੱਕ ਹੀ ਹੈਲਪ ਜਾਵੇ, ਪਰ ਮੈਨੂੰ ਇਹਨਾਂ ਨਾਲੋਂ ਜ਼ਿਆਦਾ ਲੋੜਵੰਦ ਇਸ ਸਮੇਂ ਕੋਈ ਨਹੀਂ ਲੱਗ ਰਿਹਾ। ਮੈਂ ਭੈਣ ਨੂੰ ਕਹਿ ਰਿਹਾ ਕਿ ਤੇਰੇ ਨਾਲ ਬਲੱਡ ਰਿਲੇਸ਼ਨ ਤਾਂ ਨਹੀਂ ਸਾਡਾ, ਪਰ ਤੇਰੇ ਹੰਝੂਆਂ 'ਚ ਤਾਂ ਦੋ। ਸੋ ਮੈਂ ਭੈਣ ਜੀ ਨੂੰ ਕਹਿ ਰਿਹਾ ਸਾਂ ਕਿ ਆਪ ਜੀ ਨਾਲ ਸਾਡਾ ਬਲੱਡ ਰਿਲੇਸ਼ਨ ਤਾਂ ਨਹੀਂ ਗਾ, ਪਰ ਮੇਰੇ ਵੀਰ ਜੋ ਹਾਲਾਤ ਮੈਂ ਦੇਖੇ ਘਰ ਦੇ, ਸੋ ਲਗਭਗ ਸਾਨੂੰ ਕਾਫੀ ਸਮਾਂ ਹੋ ਗਿਆ ਇੱਥੇ ਆਇਆਂ ਨੂੰ। ਸੋ ਦੁੱਖ ਸੁੱਖ ਕੀਤਾ ਭੈਣ ਨਾਲ, ਤੂੰ ਸਮਝਾਇਆ ਵੀ ਨੋਰਮਲ ਤਰੀਕੇ ਨਾਲ ਤੁਸੀਂ ਵੀਡੀਓ ਸਾਨੂੰ ਕਲਿੱਪ ਬਣਾਉਣ ਦੇਣੀ ਹੈ, ਮਤਲਬ ਬਹੁਤੇ ਭਾਵਕ ਨਹੀਂ ਹੋਣਾ, ਪਰ ਫਿਰ ਵੀ ਤੁਹਾਨੂੰ ਪਤਾ ਵਾ ਕਿ ਦੁੱਖ ਹੋਵੇ ਤਾਂ ਜਿਹੜਾ ਵਾ ਪਾਣੀ ਹੰਝੂ ਬਣ ਕੇ ਜਿਹੜਾ ਵਾ ਅੱਖਾਂ 'ਚ ਆਉਂਦਾ। ਸੋ ਸਾਡਾ ਵੀ ਮਨ ਭਾਵਕ ਕਰਤਾ ਇਹ ਭੈਣ ਨੇ, ਕਰਿਓ ਬੇਨਤੀ ਨੂੰ ਪ੍ਰਵਾਨ।
ਤਾਂ ਜੋ ਇਸ ਵੀਰ ਦਾ ਇਲਾਜ ਹੋ ਸਕੇ ਅਤੇ ਇਹਨਾਂ ਦਾ ਕੋਈ ਸਰਕਲ ਚੱਲ ਸਕੇ। ਨਾ ਹੀ ਘਰ ਦੇ ਵਿੱਚ ਮੇਰੇ ਵੀਰੋ ਮੀਟਰ ਆ, ਬਿਜਲੀ ਦਾ ਨਾਮੋ ਨਿਸ਼ਾਨ ਨਹੀਂ ਆ, ਪਾਣੀ ਵੀ ਆਂਢੀਆਂ ਗੁਆਂਢੀਆਂ ਕੋ ਜਿਹੜਾ ਵਾ ਉਹ ਲੈ ਕੇ ਸਾਰਦੇ ਆ। ਸੋ ਸਵੇਰ ਦਾ ਪਾਣੀ ਭਰਿਆ ਨਾ ਸ਼ਾਮਾਂ ਤੱਕ ਵਰਤਣਾ, ਫਿਰ ਸ਼ਾਮਾਂ ਨੂੰ ਭੈਣ ਨੇ ਨਹੀਂ ਵਰਤਣਾ। ਅਤੇ ਆਪ ਵੀ ਰਸੌਲੀਆਂ ਦੀ ਮਰੀਜ਼, ਉਹਦਾ ਪ੍ਰੋਪਰ ਇਲਾਜ ਨਹੀਂ। ਸੋ ਬੱਚੇ ਵੀ ਛੋਟੇ ਆ, ਕਰਿਓ ਬੇਨਤੀ ਨੂੰ ਪ੍ਰਵਾਨ ਜ਼ਰੂਰ। ਬਾਬੇ ਨਾਨਕ ਦੇ ਫਲਸਫੇ ਨੂੰ ਨੇੜੇ ਜਾਣ ਵਾਲੇ ਮੇਰੇ ਵੀਰ ਜ਼ਰੂਰ ਇਹਨਾਂ ਤੱਕ ਪਹੁੰਚ ਕਰਨ। ਸੋ ਜੋ ਵੀ ਮਦਦ ਕਰਨਾ ਚਾਹੁੰਦੇ ਹੋਣ, ਇਹਨਾਂ ਦਾ ਮੋਬਾਈਲ ਨੰਬਰ ਅਤੇ ਇਹਨਾਂ ਦਾ ਅਕਾਊਂਟ ਨੰਬਰ ਸਾਡੇ ਕੋਲ ਪ੍ਰਾਪਤ ਕਰ ਸਕਦੇ। ਗੁਰੂ ਫਤਿਹ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।